ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰੇ ਵੀਰਾਂ ਨੂੰ ਕੀ ਹਾਲ ਚਾਲ ਹੈ ਜੀ ਸਾਰਿਆਂ ਦਾ ਉਮੀਦ ਕਰਦਾ ਸਾਰੇ ਜਣੇ ਠੀਕ ਹੋ ਕੇ ਸੋ ਸਵਾਗਤ ਹੈ ਜੀ ਅੱਜ ਦੇ ਨਵੇਂ ਵਲੌਗ 'ਚ ਅਤੇ ਵਲੌਗ ਘਰੋਂ ਸ਼ੁਰੂ ਕੀਤਾ ਹੈ ਰੈਡੀ ਸ਼ੈਡੀ ਹੋ ਕੇ ਨਿਕਲਣ ਲੱਗੇ ਹਾਂ ਅੱਜ ਕੰਮ ਬਹੁਤ ਹੈ ਆਪਾਂ ਨੂੰ ਅਤੇ ਦਿਨ ਦੀ ਸ਼ੁਰੂਆਤ ਪਹਿਲਾਂ ਕੀਤੀ ਹੈ ਜੀ ਆਪਾਂ ਗੱਡੀ ਦੇ ਵਾਈਪਰਾਂ ਵਾਲੀ ਮੋਟਰ 'ਚ ਪਾਣੀ ਭਰਨ ਤੋਂ ਰਾਤ ਮੈਂ ਆਉਂਦਾ ਸੀਗਾ ਅਤੇ ਪਾਣੀ ਹੋ ਗਿਆ ਖਤਮ ਹਾਏ ਹਾਏ ਬਾਬਿਓ ਇੱਕ ਤਾਂ ਉਹ ਜਿੱਧਰੋਂ ਦੀ ਆਇਆ ਤੁਹਾਨੂੰ ਪਤਾ ਹੀ ਹੈ ਵੀ ਆਪਣਾ ਅੰਦੋਲਨ ਕਰਕੇ ਬਾਰਡਰ ਬੰਦ ਆ ਸ਼ੰਭੂ ਅਤੇ ਆਉਣਾ ਪੈਂਦਾ ਆ ਪਿੰਡਾਂ 'ਚੋਂ ਦੀ ਰਾਹ ਦੀ ਕੰਡੀਸ਼ਨ ਬਹੁਤ ਮਾੜੀ ਆ ਜਿਹੜਾ ਸਹੀ ਰਾਹ ਆ ਠੀਕ ਹੈ ਅਤੇ ਘੁੰਮ ਫਿਰ ਕੇ ਜ਼ਿਆਦਾ ਆਉਣਾ ਚੰਗਾ ਆ ਇੱਕੋ ਰਾਹ ਤੋਂ ਆ ਜਾਓ ਹੈ ਨਾ ਜਿਹੜਾ ਪਤਾ ਆ ਆਪਾਂ ਨੂੰ ਫਿਲਹਾਲ ਪਾਣੀ ਮੈਂ ਪਾ ਲਿਆ ਇਹ 'ਚ ਜਿੱਦਣ ਦੀ ਗੱਡੀ ਲਈ ਆ ਮੈਂ ਪਹਿਲੀ ਵਾਰੀ ਬੋਨਟ ਖੋਲਿਆ ਵੈਸੇ ਮਹੀਨਾ ਹੋ ਚੱਲਿਆ ਅਤੇ ਗੱਡੀ ਆਪਣੀ 4000 ਚੱਲ ਗਈ ਆ ਮੈਨੂੰ ਇਹ ਚੀਜ਼ ਪਲੱਸ ਪੁਆਇੰਟ ਲੱਗਦਾ ਆ ਦੇਖੋ ਆਹ ਦੇਖੋ ਆਹ ਵਾਇਰਿੰਗ ਕਰਾਈ ਸੀ ਜਿਹੜੀ ਹੋਰਨ ਦੀ ਕੀਤੀ ਸੀਗੀ ਹਜੇ ਤੱਕ ਚੇਂਜ ਨਹੀਂ ਕੀਤੀ ਇਹਨੂੰ ਵੀ ਕਰਾਵਾਂਗੇ ਆਪਾਂ ਕਿਉਂਕਿ ਮੈਨੂੰ ਇਹ ਪਰਸਨਲੀ ਬੁਰਾ ਜਿਹਾ ਲੱਗਦਾ ਕੰਮ ਦੇਖਣ 'ਚ ਠੀਕ ਹੈ ਅਤੇ ਬਾਕੀ ਤਾਂ ਉਹਨੇ ਫਿਟਿੰਗ ਬਹੁਤ ਸੋਹਣੀ ਕੀਤੀ ਸੀ ਫਿਟਿੰਗ 'ਚ ਕੋਈ ਕਮੀ ਨਹੀਂ ਕੀਤੀ ਉਹਨੇ ਇੱਕ ਆਹ ਹੋਰਨ ਜਿਹੜਾ ਪਲਟਾ ਕੇ ਲਾਉਣਾ ਆ ਇਹ ਵੀ ਵੈਸੇ ਚਲੋ ਵਧੀਆ ਆ ਕੋਈ ਪ੍ਰੋਬਲਮ ਨਹੀਂ ਆ ਪਰ ਇੱਕ ਮਨ 'ਚ ਹੁੰਦੀ ਨਾ ਸ਼ੰਕਾ ਉਹ ਆ ਠੀਕ ਹੈ ਅਤੇ ਮੈਂ ਤੁਹਾਨੂੰ ਦੱਸਣ ਲੱਗਿਆ ਮੈਂ ਜਿੱਦਣ ਦੀ ਗੱਡੀ ਲਈ ਪਹਿਲੀ ਵਾਰੀ ਬੋਨਟ ਖੋਲਿਆ ਆ ਮੈਂ ਆਪ ਹੀ ਭੁੱਲ ਗਿਆ ਸੀ ਮੈਂ ਕਿਹਾ ਇਹਦਾ ਡੰਡਾ ਜਿਹਾ ਕਿੱਥੇ ਆ ਮੈਂ ਇੱਧਰ ਵੇਖੀ ਗਿਆ ਕਿਉਂਕਿ ਆਰਟੀਆ ਨੂੰ ਇੱਥੇ ਆਉਂਦਾ ਨਾ ਮੈਂ ਦੇਖੀ ਗਿਆ ਮੈਂ ਕਿਹਾ ਯਾਰ ਡੰਡਾ ਜਿਹਾ ਕਿੱਥੇ ਇਹ ਧਿਆਨ ਦੇ ਕੇ ਮੈਂ ਕਿਹਾ ਆਹ ਆ ਸਿਸਟਮ ਜਿਹਾ ਲਓ ਜੀ ਹੁਣ ਇਹਨੂੰ ਇੱਕ ਵਾਰੀ ਬੰਦ ਕਰ ਲਾ ਫਿਰ ਕਰ ਦਾਂ ਅੱਗੇ ਦੀ ਗੱਲਬਾਤ ਪੁੱਤਰ ਪਿਆਰਿਓ ਬੋਨਟ ਦੀ ਆਵਾਜ਼ ਸੁਣਿਓ ਜਦੋਂ ਲੱਗੂਗਾ ਉਹ ਹੈਵੀ ਆ ਵਧੀਆ ਆ ਉਹ ਯਾਰ ਚੱਲ ਤਾਲਾ ਲਾ ਦਿੱਤਾ ਹੁਣ ਲਓ ਜੀ ਕੱਲ੍ਹ ਆਪਾਂ ਆਪਣੇ ਅੰਬਾਲੇ ਵਾਲੇ ਵੈਲੀਆਂ ਤੋਂ ਗੱਡੀ ਧੁਆਈ ਸੀਗੀ ਅਤੇ ਕੋਈ ਕਾਰ ਵਾਸ਼ ਵਾਲਿਆਂ ਤੋਂ ਗੱਡੀ ਬਹੁਤ ਸੋਹਣੀ ਧੋਈ ਸੀ ਉਹਨਾਂ ਨੇ ਪਰ ਹੁਣ ਮਜਬੂਰੀ ਆ ਜੀ ਕੀ ਕਰੀਏ ਜਦੋਂ ਰਾਵਾਂ 'ਚੋਂ ਆਉਣਾ ਆ ਇਹ ਰੰਗ ਗੰਦਾ ਵੀ ਬਹੁਤ ਹੁੰਦਾ ਆ ਬਾਈ ਮੈਂ ਇੱਕ ਤੁਹਾਨੂੰ ਗੱਲ ਦੱਸ ਦਿੰਦਾ ਬਾਬਿਓ ਜਿਹੜੇ ਵੀ ਨਵੀਂ ਗੱਡੀ ਲੈਣ ਦੀ ਫਿਰਾਕ 'ਚ ਹੈ ਨਾ ਗੱਡੀ ਨਵੀਂ ਲੈ ਲਈਏ ਠੀਕ ਹੈ ਅਤੇ ਮੈਂਟੇਨੈਂਸ ਦੇ ਚੱਕਰ 'ਚ ਹੱਥ ਥੋੜ੍ਹਾ ਢਿੱਲਾ ਆ ਉਹਨਾਂ ਦਾ ਠੀਕ ਹੈ ਵੀ ਲਾ ਲਓ ਵੀ ਜ਼ਿਆਦਾ ਬਿਜ਼ੀ ਰਹਿੰਦੇ ਆ ਅਤੇ ਆਹ ਡਾਰਕ ਕਲਰ ਬਿਲਕੁਲ ਨਾ ਲਿਆ ਕਰਿਓ ਬਾਈ ਨਾ ਬਲੈਕ ਅਤੇ ਨਾ ਵਾਲਾ ਜਿਹੜਾ ਗ੍ਰੇ ਜਿਹਾ ਕਲਰ ਜਿਹੜਾ ਆਪਾਂ ਨੇ ਲਿਆ ਇਹ ਇਹਨਾਂ ਦੀ ਭੈਣ ਨੂੰ ਬਹੁਤ ਪਾਉਂਦੇ ਆ ਬਾਬਾ ਲਾ ਲਓ ਗੱਡੀ ਕੱਚੇ ਰਾਹ 'ਚ ਇੱਕ ਵਾਰੀ ਚਲੀ ਗਈ ਅਤੇ ਨਾਲ ਹੀ ਤੁਹਾਡਾ ਵਾਸ਼ਿੰਗ ਦਾ ਖਰਚਾ ਸ਼ੁਰੂ ਬਸ ਹੁਣ ਸਾਵੀਂ ਸਾਵੀਂ ਨਿਕਲਦੀ ਆ ਦੇਖੋ ਚਲੋ ਜੀ ਬਾਬਿਓ ਤੁਸੀਂ ਇਹ ਹਿਸਾਬ ਲਾਓ ਵੀ ਇੱਥੇ ਗੱਡੀ ਅੰਦਰ ਕਰਨ ਵਾਲਾ ਮੈਂ ਪਹਿਲਾ ਬੰਦਾ ਆ ਨਹੀਂ ਤਾਂ ਗੱਡੀ ਨਹੀਂ ਅੰਦਰ ਹੁੰਦੀ ਬਹੁਤ ਹਿਸਾਬ ਜੀ ਨਾ ਮਤਲਬ ਰੈਂਪ ਵੀ ਬਣਵਾਇਆ ਠੀਕ ਹੈ ਅਤੇ ਕੋਈ ਆਉਂਦਾ ਤਾਂ ਨਹੀਂ ਬੈਕ ਕੈਮਰੇ ਆਹ ਦੇਖੋ ਬਾਬੇ ਜਿਹੜਾ ਏਜੰਸੀ ਤੋਂ ਲੱਗਿਆ ਹੁੰਦਾ ਨਾ ਮੈਂ ਬਾਹਰ ਵਾਲਾ ਵੀ ਦੇਖਿਆ ਫਰੋਂਕ 'ਚ ਲੱਗਾ ਮਤਲਬ ਉਹ ਦੂਜਾ ਬੰਪਰ ਵਾਲਾ ਇੰਨਾ ਵਿਊ ਨਹੀਂ ਆਉਂਦਾ ਦੇਖੋ ਹੁਣ ਪਿੱਛੋਂ ਗਲੀ 'ਚ ਜੇ ਕੋਈ ਆਊਗਾ ਆਪਾਂ ਨੂੰ ਸਾਫ਼ ਕਲੀਅਰ ਪਤਾ ਇੱਧਰ ਦਾ ਨਹੀਂ ਪਤਾ ਲੱਗਣਾ ਇਸ ਪਾਸੇ ਦਾ ਇੱਧਰ ਵਾਲੇ ਪਾਸੇ ਦਾ ਪਤਾ ਲੱਗ ਜਾਂਦਾ ਕਿਉਂਕਿ ਗੱਡੀ ਵੀ ਉਸ ਹਿਸਾਬ ਨਾਲ ਟੇਪਰ ਉਸ ਪਾਸੇ ਨੂੰ ਉੱਤਰਦੀ ਆ ਆਪਣੀ ਤਾਂ ਪ੍ਰੋਪਰ ਪਤਾ ਲੱਗ ਜਾਂਦਾ ਨਾਲੇ ਕੈਮਰੇ ਦੀ ਕਲੈਰਿਟੀ ਬਹੁਤ ਰਾਤ ਨੂੰ ਆਪਾਂ ਦੇਖਿਆ ਨਾ ਜਿੱਦਾਂ ਯੂਜ਼ ਕਰਕੇ ਚਲੋ ਚਲੋ ਜੀ ਉੱਤਰ ਗਈ ਚੱਲ ਮੇਰੀ ਰਾਣੀ ਸੁੰਦਰਾ ਅੱਜ ਬਾਬਿਓ ਕੰਮ ਬਹੁਤ ਆ ਅਤੇ ਆਲਰੇਡੀ ਆਪਾਂ 1:16 'ਤੇ ਤਾਂ ਘਰੋਂ ਚੱਲੇ ਹਾਂ ਉੱਠਿਆ ਹੀ ਬਹੁਤ ਲੇਟ ਆ ਮੈਂ 12 ਮੇਰੀ ਅੱਖ ਖੁੱਲ੍ਹੀ ਫਿਰ ਨਹਾ ਧੋ ਕੇ ਰੈਡੀ ਹੋਣ 'ਚ ਟਾਈਮ ਲੱਗ ਜਾਂਦਾ ਤੈਨੂੰ ਪਤਾ ਹੀ ਆ ਬਸ ਲਓ ਜੀ ਤਾਲਾ ਲਾ ਦਈਏ ਫਿਰ ਕਰਦੇ ਹਾਂ ਕੰਟੀਨਿਊ ਲਓ ਜੀ ਤਾਲਾ ਲਾ ਤਾ ਹੁਣ ਆਪਾਂ ਸਭ ਤੋਂ ਪਹਿਲਾਂ ਜਾਣਾ ਹੈ ਜੀ ਨੂਰ ਮਹਿਲ ਅਤੇ ਮੈਂ ਤੁਹਾਨੂੰ ਦੱਸਿਆ ਨਹੀਂ ਅਤੇ ਨਾ ਵਲੌਗ ਬਣਾਇਆ ਸੀਗਾ ਆਪਾਂ ਆਪਣਾ ਟਰੈਕਟਰ ਲਾ ਕੇ ਆਏ ਸੀਗੇ ਅਤੇ ਨੂਰ ਮਹਿਲ ਟਰਬੋ ਵਾਲਿਆਂ ਦੇ ਉੱਥੇ ਇੱਕ ਤਾਂ ਉਹਦੀ ਟਾਈਮਿੰਗ ਸੀਲ ਜੀ ਲੀਕ ਹੋ ਗਈ ਸੀਗੀ ਉਹ ਪਾਉਣੀ ਹੈ ਇੱਕ ਐਚ ਵਲੌਗ ਦਾ ਕੰਮ ਆ ਥੋੜ੍ਹਾ ਜਿਹਾ ਮਤਲਬ ਨਾ ਐਚ ਵਲੌਗ 'ਚ ਪ੍ਰੋਬਲਮ ਆ ਰਹੀ ਹੈ ਵੀ ਆਪਣਾ ਡਰਾਫਟ ਲੀਵਰ ਤੋਂ ਲੈਫਟ ਨਹੀਂ ਚੁੱਕਦਾ ਟਰੈਕਟਰ ਠੀਕ ਹੈ ਬੈਲਟ ਲਾ ਲਈਏ ਇੱਕ ਭਾਜੀ ਸਤਨਾਮ ਸ਼੍ਰੀ ਵਾਹਿਗੁਰੂ ਫਿਰ ਭਰੇ ਹੱਥ ਰੱਖੇ ਬਾਬਾ ਜੀ ਲਓ ਜੀ ਹੁਣ ਆਪਾਂ ਨਿਕਲ ਪਏ ਅਤੇ ਮੈਂ ਤੁਹਾਨੂੰ ਦੱਸਦਾ ਜੀ ਇੱਕ ਨਾ ਉਹ ਡਰਾਫਟ ਲੀਵਰ ਜਿਹੜਾ ਉਹ ਕੰਮ ਨਹੀਂ ਕਰਨ ਡਿਆ ਪਤਾ ਨਹੀਂ ਕੀ ਚੱਕਰ ਆ ਲਿਫਟ ਨਹੀਂ ਚੱਕਦਾ ਟਰੈਕਟਰ ਇਹ ਹੁਣ ਜਾ ਕੇ ਦੇਖਦੇ ਹਾਂ ਕੀ ਕੁਛ ਆ ਕਿੱਦਾਂ ਆ ਨਾਲੇ ਤੁਹਾਨੂੰ ਦਿਖਾਉਂਦੇ ਹਾਂ ਰਾਤ ਮੈਂ ਤੁਹਾਨੂੰ ਦੱਸਦਾ ਹੁਣ ਗੱਡੀ ਲਈ ਨੂੰ ਮੈਨੂੰ ਮਹੀਨੇ ਤੋਂ ਉੱਪਰ ਹੀ ਹੋ ਗਿਆ ਲਾ ਲਓ ਹਾਂ ਅਤੇ ਚੱਲ ਵੀ 4000 ਕਿਲੋਮੀਟਰ ਗਈ ਆ ਮੈਨੂੰ ਗੱਡੀ 'ਚ ਪਲੱਸ ਪੁਆਇੰਟ ਬਹੁਤ ਲੱਗੇ ਅਤੇ ਜਿਹੜੇ ਇਹਦੇ ਨੈਗੇਟਿਵ ਪੁਆਇੰਟ ਆ ਉਹ ਹੈਗੇ ਤਾਂ ਘੱਟ ਆ ਪਰ ਸੀਰੀਅਸ ਵਾਲੇ ਆ ਬਾਬਿਓ ਠੀਕ ਹੈ
ਤੇ ਜਿੱਦਾਂ ਮੰਨ ਲਓ ਵੀ ਸਭ ਤੋਂ ਵੱਡਾ ਪੁਆਇੰਟ ਇਹਦਾ ਕੀ ਹੈ, ਕਿਉਂਕਿ ਹੁਣ ਜ਼ਿਆਦਾਤਰ ਮੈਂ ਟਰੈਵਲ ਕਰਦਾ ਰਾਤ ਨੂੰ, ਠੀਕ ਹੈ, ਵੀ ਰਾਤ ਨੂੰ ਹੁੰਦਾ ਆ ਵੀ ਟ੍ਰੈਫਿਕ ਨਹੀਂ ਹੁੰਦੀ, ਫਿਰ ਜਿੱਦਾਂ ਆਪਾਂ ਬਾਰਡਰ ਕਰਕੇ ਕਲੋਜ਼ ਕਰਕੇ ਆਪਾਂ ਆਉਂਦੇ ਉਸ ਹਿਸਾਬ ਨਾਲ ਆ, ਹੈ ਨਾ, ਵੀ ਪਿੰਡਾਂ ਪੁੰਡਾਂ 'ਚੋਂ ਟ੍ਰੈਫਿਕ ਆਪਾਂ ਨੂੰ ਮਿਲਦੀ ਨਹੀਂ ਰਾਤ ਨੂੰ, ਅਤੇ ਉਸ ਕਰਕੇ ਬਈ ਮੈਨੂੰ ਇੱਕ ਚੀਜ਼ ਸਭ ਤੋਂ ਵੱਡੀ ਜਿਹੜੀ ਫੇਸ ਕਰਨੀ ਪੈ ਰਹੀ ਉਹ ਇਹਦੀ ਲਾਈਟਿੰਗ, ਜਿਹੜੀਆਂ ਫਰੰਟ ਲਾਈਟਾਂ ਆ ਨਾ ਉਹ ਬਾਬੇ ਜਿੱਦਾਂ ਹੀ ਮਤਲਬ ਆਪਾਂ ਆ ਜਾਈਏ ਨਾ ਰੋਡ 'ਤੇ ਉਹ ਜ਼ੀਰੋ ਹੋ ਜਾਂਦੀ ਹੈ, ਮੇਨ ਰੋਡ 'ਤੇ ਆ ਕੇ ਪਤਾ ਨਹੀਂ ਕੀ ਰੌਲਾ ਆ, ਠੀਕ ਆ, ਇਕੱਲੇ 'ਚ ਗੱਡੀ ਜਾਂਦੀ ਹੋਊਗੀ ਬਹੁਤ ਦੜੂਕ ਪੱਟਦੀਆਂ ਵੀ ਪਤਾ ਨਹੀਂ ਕਿੰਨੀ ਕੁ ਲਾਈਟ ਆ, ਚਿੱਟੀਆਂ ਲਾਈਟਾਂ ਬਹੁਤ ਆ ਜੀ, ਇੱਦਾਂ ਆ ਜੀ, ਉੱਦਾਂ ਜਿੱਦਾਂ ਹੀ ਮਤਲਬ ਲਾ ਲਓ ਵੀ ਹਾਈਵੇ 'ਤੇ ਪਹੁੰਚ ਗਏ ਅਤੇ ਉਹ ਲਾਈਟ ਜਿਹੜੀ ਉਹ ਲੱਗਣੀ ਨਹੀਂ ਵੀ ਲਾਈਟ ਹੈਗੀ ਆ, ਠੀਕ ਹੈ। ਹੁਣ ਆਪਣਾ ਮੁੰਡਾ ਲਵੀ ਆ, ਉਹਨੇ ਸਵਿਫਟ 'ਚ ਪਵਾਈਆਂ ਆ, ਉਹ ਮੈਂ ਕਿਹਾ 5800 ਦੀਆਂ 300 ਵਾਟ ਦੀਆਂ, ਠੀਕ ਹੈ ਬਾਬਾ, ਉਹ ਚਾਰ ਲਾਈਟਾਂ ਆ, ਦੋ ਫੋਗ ਲੈਂਪ 'ਚ ਦੋ ਹੈੱਡ ਲੈਂਪ 'ਚ, ਉਹ ਇੰਨਾ ਕੁ ਸਰਾ ਲਾਉਂਦੀਆਂ ਬਾਬੇ, ਉਹ ਇੰਨਾ ਕੁ ਸਰਾ ਲਾਉਂਦੀਆਂ, ਅਸੀਂ ਦਰਬਾਰ ਸਾਹਿਬ ਨੂੰ ਵੀ ਗਏ ਉੱਦਣ, ਵੀ ਗੱਡੀ ਜੇ ਮੂਹਰੇ ਹੈ ਨਾ, ਜਿੱਦਾਂ ਗੱਡੀ ਆਪਣੀ ਮੂਹਰੇ ਆ ਉਹ ਪਿੱਛੇ ਆ, ਅਤੇ ਆਪਾਂ ਗੱਡੀ ਨਹੀਂ ਚਲਾ ਸਕਦੇ ਉਹਦੇ ਮੂਹਰੇ, ਇੰਨੀ ਜ਼ਿਆਦਾ ਲਾਈਟ ਆ, ਠੀਕ ਹੈ। ਚਲੋ ਉਹ ਕਿਸੇ ਹੱਦ ਤੱਕ ਗਲਤ ਵੀ ਹੈ ਕਿ ਅਗਲੇ ਬੰਦੇ ਲਈ ਇਹੀ ਤਾਂ ਇਹੀ ਹੋ ਜਾਂਦੀ ਹੈ, ਵੀਰਾ ਬਚ ਗਿਆ ਹੀ, ਠੀਕ ਹੈ, ਅਤੇ ਉਹ ਅਗਲੇ ਬੰਦੇ ਲਈ ਥੋੜ੍ਹਾ ਨੈਗੇਟਿਵ ਪੁਆਇੰਟ ਵੀ ਹੋ ਜਾਂਦਾ ਵੀ ਜਿਹੜਾ ਫਰੰਟ ਤੋਂ ਆ ਰਿਹਾ, ਪਰ ਚਲੋ ਆਪਣਾ ਆਪਣੀ ਸਮਝ ਆ, ਹੁਣ ਅਸੀਂ ਲੋਅ ਬੀਮ 'ਤੇ ਜ਼ਿਆਦਾ ਚਲਾ, ਮੈਂ ਇਹਦੀ ਲਾਈਟ ਭਾਵੇਂ ਘੱਟ ਆ, ਆਪਾਂ ਲੋਅ ਬੀਮ 'ਤੇ ਜ਼ਿਆਦਾ ਚਲਾ ਕੇ ਰੱਖੀ ਦੀ ਹੈ, ਠੀਕ ਹੈ, ਅਤੇ ਹਾਈ ਬੀਮ 'ਤੇ ਉਦੋਂ ਕਰਨੀ ਹੈ ਜਦੋਂ ਕੋਈ ਲੋਡ ਪੈ ਗਈ ਆ, ਅਗਲਾ ਬੰਦਾ ਲਾਈਟਾਂ ਨਹੀਂ ਡਾਊਨ ਕਰਦਾ ਫਿਰ ਕਰਨੀ ਪੈਂਦੀ ਹੈ, ਠੀਕ ਹੈ, ਅਦਰਵਾਈਜ਼ ਆਪਾਂ ਨਹੀਂ, ਹੈ ਨਾ, ਵੀ ਇਹੋ ਜਿਹਾ ਸਿਸਟਮ ਨਹੀਂ ਛੇੜਿਆ ਕਦੀ ਵੀ, ਪਰ ਮੈਨੂੰ ਇਹਦੀ ਲਾਈਟਾਂ ਬਹੁਤ ਬੇਕਾਰ ਲੱਗੀਆਂ, ਠੀਕ ਆ। ਜੇ ਤੁਸੀਂ ਇਕੱਲੇ ਕਹਿ ਰਹੇ ਮਤਲਬ ਇੱਧਰ ਉਹ ਆਪਣਾ ਕੀ ਕਹਿੰਦੇ ਪਿੰਡਾਂ ਪੁੰਡਾਂ 'ਚ ਫਿਰਦੇ ਹਾਂ ਆਪਾਂ ਜਿੱਦਾਂ, ਹੈ ਨਾ, ਉੱਥੇ ਤਾਂ ਸਹੀ ਆ, ਜਿੱਦਾਂ ਹੀ ਆਪਾਂ ਹਾਈਵੇ ਹੋਈਵੇ 'ਤੇ ਚੜ ਜਾਂਦੇ ਫਿਰ ਬੇੜਾ ਗਰਕ ਹੋ ਜਾਂਦਾ। ਲਓ ਜੀ ਬੱਸਾਂ ਹੀ ਬੱਸਾਂ ਇਕੱਠੀਆਂ ਹੋ ਗਈਆਂ, ਕੀ ਚੱਕਰ ਆ, ਓਹੋ ਬਾਬੇ ਉਹ ਅੱਜ ਧਰਨਾ ਆ, ਅੱਜ ਧਰਨਾ ਆ, ਇਹ ਅਲਟਰਨੇਟਿਵ ਰੂਟ ਕੱਢਿਆ ਜਲੰਧਰ ਵਾਲਾ ਦਰਬਾਰ ਸਾਹਿਬ ਵਾਲਾ ਇੱਧਰੋਂ ਆ ਰੂਟ ਅੱਜ, ਇੱਥੋਂ ਨੂਰ ਮਹਿਲ, ਨੂਰ ਮਹਿਲ ਤੋਂ, ਕਿਉਂਕਿ ਫਲੋਰ ਹੋਣਾ ਧਰਨਾ ਚਾਹੀਦਾ ਵੀ ਹੈ ਬਾਬੇ ਧਰਨਾ, ਆਪਾਂ ਸਿੱਧਾ ਕਹਿੰਦੇ ਹਾਂ, ਕਿਉਂਕਿ 6 ਮਹੀਨੇ ਦੀ ਫਸਲ ਆ, 6 ਮਹੀਨੇ ਦੀ ਫਸਲ ਹੁਣ ਰੁਲਦੀ ਪਈ ਆ ਯਾਰ, ਕੋਈ ਚੁੱਕਣ ਨਹੀਂ ਡਿਆ, ਇੱਦਾਂ ਥੋੜ੍ਹੀ ਚਾਹੀਦੀ ਆ। CM ਸਾਹਿਬ ਉਦੋਂ ਤਾਂ ਕਹਿੰਦੇ ਮੈਂ ਦਾਣਾ ਦਾਣਾ ਚੁੱਕੂੰਗਾ, ਅਤੇ ਹੁਣ ਉਹਨਾਂ ਨੇ ਵੀ ਹੱਥ ਜੋੜਤੇ ਅੱਗੇ ਵੀ ਸਤਿ ਸ਼੍ਰੀ ਅਕਾਲ ਜੀ ਸਾਡੇ ਵੱਲੋਂ, ਇੱਦਾਂ ਕੰਮ ਨਹੀਂ ਸੂਤ ਆਉਂਦਾ। ਸੋ ਬਾਬੇ ਫਿਲਹਾਲ ਆਪਾਂ ਨਿਕਲਦੇ ਹਾਂ, ਠੀਕ ਹੈ, ਉੱਥੇ ਜਾ ਕੇ ਮਿਲਦੇ, ਵਲੋਗ ਇੱਦਾਂ ਲੰਬਾ ਹੋਈ ਜਾਂਦਾ, ਗੱਲਾਂ ਬਹੁਤ ਆ ਕਰਨ ਨੂੰ, ਹੌਲੀ ਹੌਲੀ ਕਰੀ ਜਾਵਾਂਗੇ ਵਲੋਗ, ਮੈਂ ਸੋਚਿਆ ਡੇਲੀ ਪਾ ਦਿਆ ਕਰੀਏ, ਕਮੈਂਟ ਕਰਕੇ ਦੱਸ ਦਿਓ ਵੀ ਡੇਲੀ ਪਾ ਦਿਆ ਕਰੀਏ, ਕਿਉਂਕਿ ਡੇਲੀ ਇੱਦਾਂ ਹੁੰਦਾ ਕਿ ਕੋਈ ਨਾ ਕੋਈ ਆਪਣੇ ਕੋਲ ਪੁਆਇੰਟ ਹੁੰਦਾ ਹੀ ਆ, ਕੰਮ ਕਰਨਾ ਆ, ਕੁਛ ਕਰਨਾ ਆ, ਹੈ ਨਾ, ਅਤੇ ਇਹ ਹੁਣ ਤੁਹਾਡੇ ਹੱਥ, ਜੇ ਤੁਸੀਂ ਕਰੋਗੇ ਤਾਂ ਭਾਈ ਡੇਲੀ ਵੀ ਪਾ ਦਿਆ ਕਰਾਂਗੇ। ਬਾਕੀ ਸੀਜ਼ਨ ਆਪਣੇ ਖੁੱਲ੍ਹ ਪਿਆ ਬਾਈ ਪੰਜਾਬ 'ਚ, ਵੈਸੇ ਤਾਂ ਬਹੁਤੀ ਜਗ੍ਹਾ ਤਾਂ ਖੁੱਲ੍ਹ ਗਿਆ, ਇਹ ਏਰੀਆ ਜਿਹੜਾ ਆਪਣਾ ਏਰੀਆ ਆ ਇੱਥੇ ਹੁਣ ਖੁੱਲ੍ਹ ਪਿਆ, ਚੱਲਣ ਲੱਗ ਗਈਆਂ ਕਮਾਈਆਂ, ਦੇਖਣ ਲੱਗ ਗਈਆਂ, ਪਹਿਲਾਂ ਤਾਂ ਟਾਵੀਆਂ ਟੱਲੀਆਂ ਦੇਖਦੀਆਂ ਜੀ, ਹੁਣ ਦੇਖਣ ਲੱਗ ਗਈਆਂ ਵੀ ਓਕੇ ਆ ਕੰਮ ਪੂਰਾ, ਠੀਕ ਹੈ। ਲਓ ਜੀ ਆਪਾਂ ਨਿਕਲਦੇ ਹਾਂ, ਹੁਣ ਫਿਰ ਮਿਲਦੇ ਹਾਂ ਤੁਹਾਨੂੰ ਜਾ ਕੇ। ਲਓ ਜੀ ਬਾਬਿਓ ਆ ਖੜਾ ਮਜੈਲ, ਠੀਕ ਹੈ, ਬਾਹਲੇ ਬੰਦੇ ਇਹਦੇ ਉਹ ਨੇ, ਫੈਨ ਨੇ ਆਪਣੇ ਟਰੈਕਟਰ ਦੇ, ਇੱਦਾਂ ਗੱਲ ਨਹੀਂ, ਮੁੰਡੇ ਕਹਿੰਦੇ ਹੁੰਦੇ ਆ, ਮੈਂ ਕਈ ਵਾਰੀ ਵੀਰਾਂ ਨੂੰ ਪੁੱਛ ਗੱਲਬਾਤ ਹੁੰਦੀ ਹੈ, ਇੰਨਾ ਕਹਿੰਦਾ ਭਾਅ ਜੀ ਆ ਟਰੈਕਟਰ ਦਿਖਾ ਕਿੱਥੇ, ਟਰੈਕਟਰ ਦਿਖਾ ਕਿੱਥੇ ਆ, ਬਹੁਤੇ ਵੀਰਾਂ ਨੂੰ ਜਿੱਥੇ ਖੜਾ ਹੁੰਦਾ ਉੱਥੇ ਹੀ ਦਿਖਾ ਕੇ ਲੈ ਕੇ ਜਾਈਦਾ ਵੀ ਆਹ ਖੜਾ ਬਾਬਿਓ। ਸੋ ਹੁਣ ਇਹਦੇ 'ਚ ਰੋਗ ਮਿਲ ਗਿਆ ਬਾਬਿਓ, ਜਿਹੜਾ ਮੈਂ ਕਹਿੰਦਾ ਸੀ ਨਾ, ਸ਼ਾਇਦ ਸਾਨੂੰ ਡਾਊਟ ਸੀ ਹੌਸ ਪੈਪ ਦਾ, ਹੌਸ ਪੈਪ ਬਚ ਗਿਆ ਆ, ਸੀਲ ਗਈ ਇਹਦੀ, ਟਾਈਮਿੰਗ ਸੀਲ ਆ, ਇਹ ਚੱਲ ਗਈ ਆ, ਸੀਲ ਮੰਗਾਈ ਹੋਈ ਆ, ਹੁਣ ਭਾਅ ਜੀ ਨੇ, ਭਾਅ ਜੀ ਕਹਿੰਦਾ ਵੀ ਸੀਲ ਆਊਗੀ ਫਿਰ ਦੇਖਾਂਗੇ, ਬਾਕੀ ਦਾ ਸਮਾਨ ਸਾਰਾ ਓਕੇ ਆ, ਠੀਕ ਹੈ। ਹੁਣ ਜਦੋਂ ਤੱਕ ਇਹਦੀ ਸੀਲ ਨਹੀਂ ਆਉਂਦੀ ਉਦੋਂ ਤੱਕ ਕੰਮ ਰੁਕਿਆ ਰਹਿਣਾ ਆ, ਠੀਕ ਹੈ, ਸੀਲ ਆ ਜੂਗੀ ਫਿਰ ਕੰਮ ਸ਼ੁਰੂ ਹੋ ਜੂਗਾ। ਅਤੇ ਇੱਕ ਇਹਦਾ ਡਰਾਫਟ ਕੰਟਰੋਲ ਦਾ ਆ, ਡਰਾਫਟ ਤੋਂ ਲਿਫਟ ਨਹੀਂ ਚੱਕਦਾ ਇਹ, ਠੀਕ ਹੈ। ਹੁਣ ਗੱਲ ਹੈਗੀ, ਪਹਿਲਾਂ ਤਾਂ ਰਾਡ ਚੈੱਕ ਕਰਨ ਦਾ ਮੈਟਰ ਸੀਗਾ, ਰਾਡ ਤਾਂ ਸਹੀ ਹੈ ਭਾਅ ਜੀ, ਕਹਿੰਦਾ ਵੀ ਸਪਰਿੰਗ ਵੀ ਸਹੀ, ਇਹਦਾ ਸਪਰਿੰਗ ਹੁੰਦਾ ਥੱਲੇ, ਉਹ ਸੈਂਟਰ 'ਚ ਜਾਂ ਤੁਹਾਨੂੰ ਦੇਖਣਾ ਨਹੀਂ ਇੱਥੋਂ ਇੱਦਾਂ, ਠੀਕ ਹੈ, ਉਹ ਸਪਰਿੰਗ ਟੁੱਟ ਜਾਂਦਾ ਆ ਜਾਂ ਉਹਦੀ ਪੇਨ ਨਿਕਲ ਜਾਂਦੀ ਤਾਂ ਨਹੀਂ ਚੱਲਦਾ ਹੁੰਦਾ ਕਈ ਵਾਰੀ ਡਰਾਫਟ, ਠੀਕ ਹੈ, ਪਰ ਫਿਲਹਾਲ ਤਾਂ ਇਹ ਤਾਂ ਕੰਮ ਹੈ ਹੀ ਨਹੀਂ, ਸਪਰਿੰਗ ਵੀ ਸਹੀ ਆ, ਰਾਡ ਵੀ ਸਹੀ ਹੈ ਇਹਦੀ, ਠੀਕ ਹੈ, ਇਹ ਅੰਦਰੋਂ ਹੀ ਆ ਕੋਈ ਸਿਸਟਮ ਇਹਦਾ, ਠੀਕ ਹੈ। ਅਤੇ ਬਾਕੀ ਇਹ ਸਾਰਾ ਹੁਣ ਲੱਗੂਗਾ ਟਾਈਮ, ਇਹਨੂੰ ਲਾ ਲਓ ਵੀ 2-3 ਦਿਨ ਲਾ ਦੇਣੇ ਆ, ਕਿਉਂਕਿ ਅੱਜ ਰਾਤ ਤੱਕ ਜਾਂ ਕੱਲ੍ਹ ਸਵੇਰ ਤੱਕ ਤਾਂ ਇਹੀ ਕੰਪਲੀਟ ਹੋਣਾ ਮੈਂ ਸਾਂ, ਠੀਕ ਹੈ, ਟਾਈਮਿੰਗ ਵਾਲਾ ਸਿਸਟਮ ਹੀ। ਅਤੇ ਬਾਕੀ ਜਿਹੜਾ ਆ ਉਹ ਫਿਰ ਦੇਖਦੇ ਹਾਂ ਕਦੋਂ ਤੱਕ ਕਿੱਦਾਂ ਹੁੰਦਾ, ਮੈਂ ਭਾਈ ਕਹਿੰਦਾ ਟਰਾਈ ਆ ਵੀ ਆਪਾਂ ਛੇਤੀ ਦੇਣਾ, ਇੱਕੋ ਦੋਵੇਂ ਦਿਨਾਂ 'ਚ ਟਰੈਕਟਰ ਦੇ ਦੇਣਾ ਆ, ਵੀ ਤੀਜਾ ਦਿਨ ਨਾ ਹੀ ਲੱਗੇ, ਠੀਕ ਹੈ। ਸੋ ਫਿਲਹਾਲ ਇਹਨੂੰ ਹੀ ਵੇਖਣਾ ਸੀ, ਮੇਨ ਤਾਂ ਭਾਈ ਕੀ ਸਿਸਟਮ ਆ, ਕੀ ਰੌਲਾ ਆ ਇਹਦਾ, ਠੀਕ ਹੈ, ਅਤੇ ਆਹੀ ਕੁਛ ਆ, ਬਾਕੀ ਤੁਸੀਂ ਚੈੱਕ ਕਰ ਲਓ ਦੁਕਾਨ, ਚੁੱਲ੍ਹਾ ਦੇਖੋ ਕਿੰਨਾ ਗਿਆ, ਅਸੀਂ ਕਿੰਨਾ ਕਿੰਨਾ ਵਜਨ ਪਾਈ ਦਾ ਇਹਦੇ ਦੇਖਿਓ, 4 ਕੁਇੰਟਲ 5 ਕੁਇੰਟਲ ਦੇ ਨੇੜੇ ਤੇੜੇ ਵਜਨ ਪਾ ਤਾ, ਚੁੱਲ੍ਹਾ ਦੇਖੋ ਕਿੱਡਾ ਗਿਆ ਹੈਗਾ ਬਾਈ। ਦੇਖੋ ਬਾਕੀ ਤਾਂ ਚਲੋ ਸਮਰਥ ਤਾਂ ਕੋਈ ਚੀਜ਼ ਨਹੀਂ ਆ, ਠੀਕ ਹੈ, ਸਰਗੁਣ ਸਮਰਥ ਕਹਿ ਦਿੰਦੇ, ਸੰਪਰਨ ਕਹਿ ਦਿੰਦੇ ਜਿੱਦਾਂ,
ਉਹ ਕੋਈ ਚੀਜ਼ ਨਹੀਂ ਹੈਗੀ, ਪਰ ਫਰਕ ਤਾਂ ਹੁੰਦਾ ਚੀਜ਼ਾਂ ਦਾ। ਠੀਕ ਹੈ, ਸੋ ਫਿਲਹਾਲ ਇਹ ਤਾਂ ਕੰਮ ਹੋ ਗਿਆ ਰੈਡੀ। ਠੀਕ ਹੈ, ਇਹਦਾ ਤਾਂ ਹੁਣ ਸੀਲ ਆਵੇ ਤਾਂ ਇਹ ਡਨ ਆ। ਠੀਕ ਭਾਜੀ, ਸਕਰੈਚਾਂ ਤੋਂ ਬਚਾ ਮੇਰਾ ਵੀਰਾ, ਮੈਂ ਭਾਵੇਂ ਪਾ ਦਾਂ। ਅਗਲਿਆਂ ਨੇ ਤਾਂ ਹੌਲੀ ਰੱਖਿਆ ਸਿਸਟਮ, ਸਾਰਾ ਸੈਟ ਕਰਕੇ ਰੱਖਿਆ। ਅਤੇ ਇੱਕ ਚੀਜ਼ ਮੈਂ ਤੁਹਾਨੂੰ ਹੋਰ ਦੱਸਦਾ ਨੌਲੇਜ ਵਾਲੀ, ਜਿੱਦਾਂ ਆਪਾਂ ਕਸਟਮ ਪੇਂਟ ਕਰਾਉਂਦੇ ਹਾਂ ਨਾ ਬਾਬਿਓ, ਇਹਨਾਂ ਦੀਆਂ ਸਪਰੇਆਂ ਵੀ ਬਣਨ ਲੱਗ ਗਈਆਂ ਹੁਣ। ਤੁਸੀਂ ਪੇਂਟ ਦਿਓ ਉਹਨਾਂ ਨੂੰ, ਉਹ ਸਪਰੇ ਬਣਾ ਕੇ ਦੇ ਦਿੰਦੇ ਆ। ਠੀਕ ਹੈ, ਅਤੇ ਬਾਕੀ ਬਾਈ ਬਾਲਾ ਹੀ ਘਮਸਾਨ ਮਚਾਇਆ ਪਿਆ ਸੀਗਾ, ਪੱਖੇ ਨੇ ਤੇਲ ਡਾੜ ਆ ਕੇ ਉੱਤੇ ਨੂੰ। ਠੀਕ ਹੈ, ਪਰ ਉਹ 'ਚ ਇੱਕ ਸਾਰੀ ਤੇਲ ਤੇਲ ਕੀਤਾ ਪਿਆ ਸੀਗਾ। ਇਹ ਕੀ ਸਿਸਟਮ ਸੀ ਬਾਬੇ, ਖੜ੍ਹਾ ਜਦੋਂ ਮਤਲਬ ਚੱਲ ਚੱਲੀ ਜਾਣਾ ਟਰੈਕਟਰ ਨੇ, ਉਦੋਂ ਇਹਨੇ ਤੇਲ ਸੁੱਟੀ ਜਾਣਾ ਆ, ਜਦੋਂ ਬੰਦ ਹੋ ਗਿਆ ਫਿਰ ਤੇਲ ਵੀ ਬੰਦ ਕਰ ਦੇਣਾ ਇਹਨੇ ਸੁੱਟਣਾ। ਇੱਦਾਂ ਕੰਮ ਹੋ ਗਿਆ ਜੀ ਇਹਦਾ। ਠੀਕ ਹੈ, ਬਸ ਹੁਣ ਇੱਥੋਂ ਫ੍ਰੀ ਹੋ ਗਏ ਟਰੈਕਟਰ, ਤਾਂ ਫਿਰ ਆਪਾਂ ਲੈ ਕੇ ਚੱਲੀਏ ਇਹਨੂੰ ਦੂਜੇ ਪਾਸੇ ਨੂੰ। ਫਿਰ ਇਹਨੂੰ ਲੈ ਕੇ ਜਾਣਾ ਬਾਬੇ ਦੀ ਛਤਰੀ ਲਵਾਉਣੀ ਆ, ਅਤੇ ਸਿਸਟਮ ਦਾ ਕੰਮ ਆ। ਸੋ ਹੁਣ ਆਪਾਂ ਨਿਕਲਦੇ ਹਾਂ, ਜਿੱਥੇ ਆਪਣਾ ਸੁਪਰ ਸੀਡਰ ਖਲੋਤਾ ਆ ਆਪਾਂ ਉੱਧਰ ਨੂੰ ਜਾਣਾ ਆ, ਉੱਧਰ ਵੀ ਗੇੜਾ ਮਾਰਨਾ ਆ ਅਤੇ ਟੈਂਕੀ ਦਾ ਕੰਮ ਕਰਾਉਣਾ ਆ। ਸੋ ਫਿਲਹਾਲ ਉਹ ਖੜੀ ਆਪਣੀ ਰਾਣੀ ਸੁੰਦਰਾ, ਉਹ ਚੈੱਕ ਇੱਕ ਗੱਲ ਆ ਬਾਬੇ, ਚਲੋ ਇਹ ਨਹੀਂ ਕਿ ਆਪਣੇ ਕੋਲ ਆ ਤਾਂ ਗੱਡੀ ਜਾਜਦੀ ਬਹੁਤ ਆ, ਸੋਹਣੀ ਲੱਗਦੀ ਆ ਮਿੱਕ ਮੁੱਕ ਪਾ ਕੇ। ਠੀਕ ਹੈ, ਸੋ ਮਿਲਦੇ ਹਾਂ ਜੀ ਤੁਹਾਨੂੰ ਹੁਣ ਉੱਥੇ ਜਾ ਕੇ, ਕਿਉਂਕਿ ਹੁਣ ਰਾਹ 'ਚ ਜੇ ਵਲੌਗ ਕੱਢੀ ਆ ਤਾਂ ਟਾਈਮ ਬਹੁਤ ਹੋ ਜਾਂਦਾ। ਇਸੇ ਗੱਲ ਕਰਕੇ ਨਾ ਮੈਨੂੰ ਕਹਿਣ ਤਾਂ ਹੁੰਦੀ, ਮੈਂ ਜ਼ਿਆਦਾ ਮਤਲਬ ਰਾਹਦਾਰੀ ਦਿਖਾਉਣ ਦੇ ਹੱਕ 'ਚ ਹੁੰਦਾ ਨਹੀਂ। ਠੀਕ ਹੈ, ਮੈਨੂੰ ਇਹ ਹੁੰਦਾ ਵੀ ਪੁਆਇੰਟ ਵਧੀਆ ਵਧੀਆ ਜੋ ਵੀ ਆਪਣੇ ਵੀਰ ਭਰਾਵਾਂ ਦਿਖਾਈਏ, ਜੋ ਜੋ ਆਪਣਾ ਕੰਮ ਆ। ਠੀਕ ਹੈ, ਲਓ ਜੀ ਮਿੱਤਰੋ, ਕਹਿੰਦੇ ਨਿਕਲ ਪਈਆਂ ਗੱਡੀਆਂ ਇੱਥੋਂ, ਆਪਾਂ ਨਾ ਦੂਜੇ ਰਾਹ ਹੋ ਜਾਣਾ ਗਮਟਾਲੀ ਵਾਲੇ ਤੋਂ, ਅਤੇ ਕਿਉਂਕਿ ਜਿਹੜਾ ਮੇਨ ਰਾਹ ਆ ਇੱਥੋਂ ਬੱਸਾਂ ਬੁੱਸਾਂ ਦਾ ਟਰੱਕਾਂ ਦਾ ਬਹੁਤ ਆਵਾ ਜਾਵਾ ਆ ਅੱਜ, ਰੂਟ ਬੰਦ ਹੋਣ ਕਰਕੇ। ਅਤੇ ਇੱਕ ਚੀਜ਼ ਮੈਂ ਹੋਰ ਕਲੀਅਰ ਕਰਦਾ, ਹੁਣ ਨਾ ਕਈ ਬੰਦੇ ਕਹਿੰਦੇ ਹੁੰਦੇ ਹੁਣ ਇਹ 'ਚ ਕਈ ਬੰਦੇ ਕਹਿੰਦੇ ਹੁੰਦੇ ਆ ਕਿ ਯਾਰ ਉਹ ਕਰਤਾ ਆ, ਕਿ ਇਹਨੂੰ ਕਹਿੰਦੇ ਕਿਸਾਨ ਧਰਨਾ ਲਾਉਣ ਦੀ, ਇੱਦਾਂ ਬਾਈ ਮਜਬੂਰੀ ਹੋ ਜਾਂਦੀ ਆ। ਠੀਕ ਹੈ, ਬਾਕੀ ਕਾਲ ਦੇ ਕੇ ਲਾਈਦਾ ਆ, ਇੱਦਾਂ ਨਹੀਂ ਲੱਗਦਾ ਧਰਨਾ ਕਦੀ ਵੀ। ਠੀਕ ਹੈ, ਕਾਲ ਦੇਣ ਤੋਂ ਬਾਅਦ ਲੱਗਦਾ ਹੁੰਦਾ ਆ। ਹੁਣ ਇਹ ਤੁਹਾਡੇ 'ਤੇ ਆ ਵੀ ਤੁਸੀਂ ਉਸ ਟਾਈਮ ਨਹੀਂ ਸੁਣਦੇ ਜਾਂ ਨਿਊਜ਼ ਨਹੀਂ ਦੇਖਦੇ, ਤੁਸੀਂ ਚੱਕ ਕੇ ਜੀ ਚੱਲ ਪੈਂਦੇ ਆ, ਫਿਰ ਤੁਸੀਂ ਬਰਾਨ ਹੁੰਦੇ ਆ। ਚਲੋ ਐਮਰਜੈਂਸੀ ਦਾ ਤਾਂ ਦੇਖੋ ਕੋਈ ਹੱਲ ਨਹੀਂ, ਕਿਸੇ ਨੂੰ ਕਿਤੇ ਵੀ ਪੈ ਸਕਦੀ ਹੈ। ਠੀਕ ਹੈ, ਪਰ ਸਾਰਾ ਕੁਝ ਵੀ ਗਲਤ ਨਹੀਂ ਹੁੰਦਾ ਹੈ, ਕੁਛ ਚੀਜ਼ਾਂ ਜਿਹੜੀਆਂ ਉਹ ਆਪਣੇ ਆਪ ਨੂੰ ਦੇਖਣੀਆਂ ਪੈਂਦੀਆਂ ਆ। ਠੀਕ ਹੈ, ਸਾਰੀ ਸੈਟਿੰਗ ਕਰਨੀ ਪੈਂਦੀ ਆ। ਸੋ ਮੇਰਾ ਇਹੀ ਕਹਿਣਾ ਆ ਵੀਰ, ਵੀ ਥੋੜ੍ਹਾ ਜਿਹਾ ਜਿਹੜੇ ਆਪਣੇ ਆਸੇ ਪਾਸੇ ਵੀ ਨਜ਼ਰ ਘੁਮਾਇਆ ਕਰੋ, ਡੇਲੀ ਦੇਖਿਆ ਕਰੋ ਵੀ ਕੀ ਕੁਛ ਆ ਕਿੱਦਾਂ ਆ। ਹੁਣ ਮੈਨੂੰ ਪਤਾ ਸੀ ਸਵੇਰੇ ਵੀ ਧਰਨੇ ਦਾ ਮਾਹੌਲ ਹੈਗਾ ਆ। ਠੀਕ ਹੈ, ਆਪਾਂ ਇਸੇ ਕਰਕੇ ਰਾਤ ਰਾਤ 'ਚ ਹੀ ਨਿਕਲ ਆਏ ਸੀਗੇ। ਠੀਕ ਹੈ, ਅਤੇ ਆ ਕੇ ਆਪਣੇ ਕੰਮ ਦੇਖਣੇ, ਕਿਉਂਕਿ ਦੇਖੋ ਬਾਈ ਅੱਜ ਕੱਲ੍ਹ ਟਾਈਮ ਹਰ ਇੱਕ ਕੋ ਪੂਰਾ ਪੂਰਾ, ਜੇ ਕਹੀਏ ਨਾ ਵੀ ਮੈਂ ਵਿਹਲਾ ਹਾਂ, ਮੈਂ ਫਿਰੀ ਜਾਵਾਂ, ਵਿਹਲੇ ਬੰਦੇ ਕੋਲ ਵੀ ਟਾਈਮ ਹੈ ਨਹੀਂ ਅੱਜ ਦੇ ਟਾਈਮ 'ਚ। ਠੀਕ ਹੈ, ਤੁਸੀਂ ਇੱਦਾਂ ਹਿਸਾਬ ਲਾ ਲਓ। ਅਤੇ ਫਿਲਹਾਲ ਚਲੋ ਪਹੁੰਚਦੇ ਹਾਂ ਜੀ, ਫਿਰ ਕਰਦੇ ਹਾਂ ਆਪਾਂ ਅੱਗੇ ਦੀ ਗੱਲਬਾਤ। ਹਾਂਜੀ ਬਾਬੇ, ਸੋ ਪਹੁੰਚ ਗਏ ਸੀਗੇ ਆਪਾਂ ਇੱਥੇ ਵੀ, ਅਤੇ ਮੇਨ ਪੰਗਾ ਸੀਜ਼ਨ 'ਚ ਕੀ ਹੁੰਦਾ ਸੀ ਨਾ, ਆਹ ਨਟ ਬਹੁਤ ਪ੍ਰੋਬਲਮ ਕਰਦੇ ਹੁੰਦੇ ਸੀ, ਇਹਦੇ ਆਹ ਨਟ ਖੋਲ੍ਹ ਜਾਂਦੇ ਸੀਗੇ। ਠੀਕ ਹੈ, ਅਤੇ ਉਹ ਪਿੱਛਿਓਂ ਜਿਹੜੇ ਆ ਉਹ ਵੀ ਬਹੁਤ ਪ੍ਰੋਬਲਮ ਕਰਦੇ ਸੀ, ਹਲਕਾ ਜਿਹਾ ਸਿਸਟਮ ਸੀਗਾ ਜ਼ਿਆਦਾ। ਠੀਕ ਹੈ, ਉੱਥੋਂ ਦਿੱਕਤ ਆਉਂਦੀ ਸੀ, ਪਰਲੇ ਪਾਸੇ ਜਾ ਕੇ ਦਿਖਾਉਂਦਾ ਤੁਹਾਨੂੰ, ਕਿਉਂਕਿ ਇਹਦੀ ਘੋੜੀ ਬਹੁਤ ਲੂਜ਼ ਹੁੰਦੀ ਸੀਗੀ, ਘੋੜੀ ਕਰਕੇ ਜ਼ਿਆਦਾ ਪ੍ਰੋਬਲਮ ਆਉਂਦੀ ਸੀ ਆਪਾਂ ਨੂੰ। ਠੀਕ ਹੈ, ਹੁਣ ਵੀਰਾਂ ਨੇ ਕੀ ਕੀਤਾ ਨਾ, ਉੱਥੋਂ ਤਾਂ ਹੈ ਹੀ ਆ ਸਪੋਰਟ ਦੋ, ਜਿਹੜੇ ਆਹ ਜਿਹੜੀ ਪੱਤੀ ਹੈ, ਠੀਕ ਹੈ, ਇਹਨੂੰ ਇਹਦੇ ਨਾਲ ਹੀ ਸਪੋਰਟ ਇੱਕ ਹੋਰ ਬਣਾਤੀ ਆ, ਕਰੋ ਚੈੱਕ। ਠੀਕ ਹੈ, ਕੰਮ ਪੂਰਾ ਐਂਡ ਕਰਤਾ ਆ। ਠੀਕ ਹੈ, ਹੁਣ ਇੱਦਾਂ ਆ, ਪ੍ਰੋਬਲਮ ਨਹੀਂ ਆ, ਬਸ ਇੱਥੇ ਪੇਂਟ ਪੂੰਟ ਜਿਹਾ ਮਾਰ ਦਾਂਗੇ ਆਪਾਂ। ਠੀਕ ਹੈ, ਬਾਕੀ ਇੱਕ ਇਹਦੀ ਪੱਖੀ ਸਿੱਧੀ ਕਰਨ ਵਾਲੀ ਰਹਿ ਗਈ ਆ, ਬਾਕੀ ਕੰਮ ਡਾਨੇ ਆ। ਪੱਤੀਆਂ ਦਾ, ਪੱਤੀਆਂ 'ਤੇ ਹੱਥ ਵੱਜ ਗਿਆ ਭਾਅ ਜੀ ਕਹਿੰਦਾ। ਠੀਕ ਹੈ, ਦੋਵਾਂ ਤਿੰਨਾਂ ਦਿਨਾਂ ਤੱਕ ਇਹਨਾਂ ਨੇ ਆਪਾਂ ਨੂੰ ਫੋਨ ਕਰ ਦਾਂਗੇ, ਵੀ ਟਰੈਕਟਰ ਮੇਲ 'ਚ ਵੀ 2 ਕੁ ਦਿਨ ਲੱਗਣੇ ਆ ਹਲੇ ਆਪਾਂ ਨੂੰ। ਠੀਕ ਹੈ, ਦੋਵਾਂ ਤਿੰਨਾਂ ਦਿਨਾਂ ਬਾਅਦ ਆ ਕੇ ਫਿਰ ਇਹਦਾ ਜਿਹੜਾ ਬਾਕੀ ਦਾ ਕੰਮ ਆ ਉਹ ਵੀ ਨਿਬੇੜ ਲਾਂਗੇ। ਠੀਕ ਹੈ, ਮੇਨ ਤਾਂ ਟੈਂਕੀ ਲੱਗਣੀ ਅਤੇ ਛਤਰੀ ਲੱਗਣੀ ਆ, ਬਾਕੀ ਤੁਹਾਨੂੰ ਦਿਖਾ ਦਾਂਗੇ ਥੋੜ੍ਹੇ ਟਾਈਮ ਤੱਕ। ਲਓ ਜੀ, ਕਹਿੰਦੇ ਇੱਦਾਂ ਤਿਆਰੀਆਂ ਕਰਦੇ ਆ ਸੀਜ਼ਨ ਦੀਆਂ, ਇਹ ਹੁੰਦੀ ਹੈ ਚੱਕੋ ਫਿਰ। ਸਤਿ ਸ਼੍ਰੀ ਅਕਾਲ ਭਾਅ ਜੀ, ਕਿੱਦਾਂ? ਵਧੀਆ, ਕਿੱਦਾਂ? ਵਧੀਆ। ਲਓ ਜੀ, ਨਿਊਜ਼ ਵੀ ਨਾਲ ਨਾਲ ਚੱਲਣ ਡੀ ਆ, ਕਿਤੇ ਰਹਿ ਨਾ ਜਾਵੇ ਕੋਈ ਮੁੰਡਾ। ਕਿੱਦਾਂ ਮਾਮਾ? ਠੀਕ ਹੈ ਮਾਮਾ। ਲਓ ਜੀ, ਆ ਸ਼ੈ ਆ, ਇਹ ਚਲਾ ਕੇ ਦੇਖੀ ਉਦਣ ਖੱਤੇ, ਉਹ ਦੇਖੋ ਕਿਉਂ ਕੱਢਿਆ ਪਿਆ ਚੰਡ ਖੱਤਿਆਂ ਦਾ। ਠੀਕ ਹੈ, ਸਫਾਈ ਬਹੁਤ ਹੈ ਬਾਬਿਓ। ਠੀਕ ਹੈ, ਬਾਕੀ ਲਾਣ ਵੀ ਬਹੁਤ ਹੈ ਇਹਨੂੰ, ਲਾਣ ਝੋਨੇ ਨੂੰ ਤੁਸੀਂ ਦੇਖ ਹੀ ਸਕਦੇ ਆ, ਜਦੋਂ ਵਢਾਵਾਂਗੇ ਫਿਰ ਤੁਹਾਨੂੰ ਦਿਖਾਵਾਂਗੇ ਨਾਲ ਨਾਲ। ਠੀਕ ਹੈ, ਬਾਕੀ ਮਿਲ ਲਈਏ ਭਾਈ ਨੂੰ, ਫਿਰ ਕਰਦੇ ਹਾਂ ਆਪਾਂ ਅੱਗੇ ਦੀ ਗੱਲਬਾਤ। ਲਓ ਜੀ ਬਾਬਿਓ, ਹੁਣ ਇਹ ਝੋਟੇ ਮਗਰ ਪਾ ਲਿਆ ਏ, ਇਹ ਲੈ ਕੇ ਜਾਣਾ ਜੀ ਪਾਸਿੰਗ ਵਾਸਤੇ, ਫੋਟੋ ਖਿੱਚਦੇ ਹੁੰਦੇ ਆ ਅਤੇ ਉੱਥੇ। ਠੀਕ ਹੈ, ਕਰੋ ਚੈੱਕ, ਮੈਨੂੰ ਇਹ ਚਾਹ ਜਗਾੜ ਜ਼ਿਆਦਾ ਪਸੰਦ ਲੱਗੇ ਬਾਕੀ ਚੀਜ਼ਾਂ ਨਾਲੋਂ। ਠੀਕ ਹੈ, ਤਵੀਆਂ ਅਤੇ ਦੂਜਾ ਆਹ ਸਿਸਟਮ। ਠੀਕ ਹੈ,
ਬਾਕੀ ਚਲੋ ਯੂਜ਼ ਕਰਕੇ ਪਤਾ ਲੱਗਦਾ ਜਿੰਨਾ ਕੁ ਹੁਣ ਯੂਜ਼ ਕੀਤਾ ਸਫਾਈ ਸਫੂਈ ਤਾਂ ਬਹੁਤ ਐਂਡ ਆ ਇਹਦੀ ਠੀਕ ਹੈ ਓਕੇ ਰਿਪੋਰਟਾਂ ਆ ਬਿਲਕੁਲ ਬਾਕੀ ਸੀਜ਼ਨ 'ਚ ਤੁਹਾਨੂੰ ਦਿਖਾ ਦਾਂਗੇ ਹੈਗੀ ਆ ਹਾਲੇ ਸੰਗਲ ਟਾਈਟ ਕਰਨ ਵਾਲੇ ਆ ਥੋੜ੍ਹੇ ਥੋੜ੍ਹੇ ਇਹ 9 ਫੁੱਟੇ ਜਗਤ ਜੀ ਦੇ ਬਰਾਬਰ ਹੀ ਆ ਲਗਭਗ 4 ਕੁੰਗਲ ਦਾ ਫਰਕ ਹੈ ਇਹਦਾ 8 ਫੁੱਟੇ ਦਾ ਠੀਕ ਹੈ ਇਹਨੂੰ 8.5 ਫੁੱਟਾ ਕਹਿ ਦਿੰਦੇ ਆ ਵੈਸੇ ਲੈਂਡ ਬੋਰਡ ਨੂੰ ਮੁਤਾਬਕ 60 HP ਰੈਕਮੈਂਡਡ ਆ ਇਹਨੂੰ ਦੇਖ ਲਓ ਓਕੇ ਜਮਾਂ ਪਹੁੰਚੇ ਸੀਗੇ ਫਲੋਰ ਲੈ ਕੇ ਇਹਨੂੰ ਝੋਟੇ ਨੂੰ ਹਾਲੇ ਕਹਿੰਦੇ ਬਿੱਲ ਆਉਣੇ ਆ ਬਿੱਲ ਲਾ ਕੇ ਫਿਰ ਫੋਟੋਆਂ ਹੋਣੀਆਂ ਆ ਇੱਕ ਅੱਜ ਤੁਹਾਨੂੰ ਦੱਸਿਆ ਜਿਹਦਾ ਧਾਰਨ ਕਰਕੇ ਨਾ ਉਹ ਆਪਣਾ ਟ੍ਰੈਫਿਕ ਬਹੁਤ ਆ ਅਤੇ ਬਾਬਾ ਐਡੀਆਂ ਮਸ਼ੀਨਾਂ ਲੈ ਕੇ ਜਾਣੀਆਂ ਕਿਹੜਾ ਰੋਡ 'ਤੇ ਸੌਖੀਆਂ ਆ ਇਹਦਾ ਚਲੋ ਵੇਟ ਵੂਟ ਚੰਗਾ ਆ ਹੁਣ ਆਪਣੇ ਵਾਲੇ ਦੇ ਮੂਹਰੇ ਵੀ ਹੋ ਗਿਆ ਇਹਨੂੰ ਵੀ ਭਾਈ ਨੇ ਸ਼ੁਰੂ ਤੋਂ ਹੀ ਬੰਪਰ ਹੈਵੀ ਲਾਇਆ ਆ ਬੰਪਰ ਕਰਕੇ ਬਹੁਤ ਫਰਕ ਆ ਨਹੀਂ ਟਰੈਕਟਰ ਦਾ ਤੋਰੀ ਵਾਂਗੂ ਤੋਲ ਹੁੰਦਾ ਆਉਂਦਾ ਆ ਜੇ ਬਾਈ ਚਾਂਸ ਅੱਗੇ ਹੋਜਕਾ ਜ਼ਿਆਦਾ ਪੈ ਜਾਵੇ ਫਿਰ ਚੱਕਦਾ ਮੂੰਹ ਹਲਕਾ ਜਿਹਾ ਪਰ ਵੈਸੇ ਨਹੀਂ ਵੈਸੇ ਸਹੀ ਆ ਚਲੋ ਚੱਲੀ ਜਾਂਦਾ ਆ ਆਮ ਨਾਲੋਂ ਬਾਈ ਦੀਆਂ ਫੋਟੋਆਂ ਹੋਣੀਆਂ ਬਿੱਲ ਦੀਆਂ ਅਤੇ ਹੋਰ ਠੀਕ ਆ ਅਤੇ ਇੱਕ ਮਾਡਲ ਜਿਹੜਾ ਸੁਪਰ ਆਇਆ ਉਹ ਖਲੋਤਾ ਨਵੀਂ ਸ਼ੋਅ 'ਚ 4x4 ਆਹ ਖਲੋਤਾ ਆ ਸੋਹਣਾ ਲੱਗਦਾ ਯਾਰ ਪਹਿਲਾਂ ਮੇਰਾ ਲੱਗਦਾ ਵੀ ਯਾਰ ਪਤਾ ਨਹੀਂ ਕਿੱਦਾਂ ਆਇਆ ਸੀਗਾ ਆਈਡੀ ਸ਼ੋਅ 'ਚ ਪਰ ਸੋਹਣਾ ਲੱਗਦਾ ਮੈਨੂੰ ਤਾਂ ਜਚਿਆ ਬਾਈ ਟਰੈਕਟਰ ਸਲੰਸਰ ਬਾਹਰ ਕਰਨ ਦਾ ਰੀਜ਼ਨ ਇਹੀ ਹੋ ਗਿਆ ਵੀ ਚਲੋ ਉਹਨਾਂ ਨੇ ਸਾਈਡ ਜਿਹਨੂੰ ਕੱਢਤਾ ਆ ਵੈਸੇ ਜੇ ਵਿੱਚ ਰੱਖ ਦਿੰਦੇ ਇਸੇ ਸ਼ੋਅ ਦੇ ਵੀ ਤਾਂ ਬਹੁਤ ਸੋਹਣਾ ਲੱਗਣਾ ਸੀਗਾ ਅਤੇ ਜੇ ਬੰਦਾ ਵੈਸੇ ਦੇਖਿਆ ਜੇ ਅਗਲਾ ਸਿਸਟਮ ਚੇਂਜ ਕਰਾ ਕੇ ਸਟਿੱਕਰ ਇਹ ਲਵਾ ਦੇ ਫਿਰ ਵੀ ਸੋਹਣਾ ਲੱਗਣਾ ਆ ਚਲੋ ਬਾਕੀ ਆਪਣੀ ਆਪਣੀ ਇੱਛਾ ਆ ਬਾਬਿਓ ਇੱਧਰ ਉਸਤਾਦ ਜੀ ਕਹਿੰਦੇ ਵੀ ਆਹ ਵਾਲੇ ਟਰੈਕਟਰ ਦੀ ਟੈਸਟ ਡਰਾਈਵ ਲੈਣੀ ਆ ਇਹਨੂੰ ਦੇਖੀਏ ਵੀ ਕੀ ਸਿਸਟਮ ਆ ਇਹਦੇ ਲਓ ਵੈਸੇ ਸੋਹਣਾ ਲੱਗਦਾ ਬਾਈ ਇਹਨਾਂ ਸਟਿੱਕਰਾਂ 'ਚ ਵੀ ਆ ਟਰੈਕਟਰ ਹਾਂ ਮਤਲਬ ਜੇ ਸ਼ੋਅ ਤਾਂ ਉਹੀ ਆ ਬਸ ਸਟਿੱਕਰ 'ਚ ਮਾਰਿਆ ਸਰ ਹੈਗੀ ਬਾਈ ਵਾਕ ਆ ਫਰਕ ਆ ਇਨਲਾਈਨ ਪੰਪ ਵਾਲਾ ਏ ਮਾਰੋ ਕਿਹੜਾ ਹੈਗਾ ਬਈ ਤੋਰਾ ਤੋਰਾ ਛੁਰਲੀ ਜਿਹਾ ਰਾਈਡਰ ਉਹ ਦੇਖ ਆਪਣੀ ਸੈਗਮੈਂਟ ਦੇ ਹਿਸਾਬ ਨਾਲ ਵਧੀਆ ਜ਼ੋਰ ਮਾਰਦਾ ਟਰੈਕਟਰ ਲਓ ਜੀ ਵੀਰੋ ਹੁਣ ਦਾ ਕੰਮ ਤਾਂ ਨਿਬੜ ਗਿਆ ਹਾਲੇ ਇੱਕ ਵਾਰੀ ਕਹਿੰਦੇ ਫੇਰ ਸੱਦਣਾ ਆ ਠੀਕ ਆ ਉਦੋਂ ਹੀ ਪਟਾਕਾ ਪਾਉਣਾ ਹੀ ਹੈ ਇਹਨਾਂ ਨੇ ਟਾਈਮ ਬਹੁਤ ਲਾ ਦਿੰਦੇ ਆ ਹੁਣ ਬਾਬੇ ਉਹ ਵੈਬਸਾਈਟ ਜੀ ਜਿਹੜੀ ਉਹ ਕਰੈਸ਼ ਹੋ ਗਈ ਪਤਾ ਨਹੀਂ ਕੀ ਚੱਕਰ ਬਣਿਆ ਉਹਨਾਂ ਟਾਈਮ ਬਹੁਤ ਲੱਗਾ ਚਲੋ ਫਿਲਹਾਲ ਅੱਜ ਦਾ ਕੰਮ ਤਾਂ ਨਿਬੜ ਗਿਆ ਠੀਕ ਹੈ ਹੁਣ ਬਾਕੀ ਜਿਹੜਾ ਆ ਉਹ ਆਉਣ ਵਾਲੇ ਸਮੇਂ 'ਚ ਪਤਾ ਲੱਗੂਗਾ ਕਿ ਦੇਣ ਪੂਰਾ ਲਵਾਉਂਦੇ ਆ ਛੇਤੀ ਫ੍ਰੀ ਕਰ ਦਿੰਦੇ ਆ ਲੱਗੇ ਹੋਏ ਆ ਪਾਉਣ ਬਾਹਰ ਨਿਕਲਦੇ ਹਾਂ ਇੱਥੋਂ ਅਤੇ ਬੈਟਰੀ ਲੋਅ ਆ ਹੋ ਸਕਦਾ ਫੋਨ ਬੰਦ ਹੋ ਜਾਵੇ ਅਤੇ ਕਿੱਦਾਂ ਗੱਡੀ ਚਾਰਜ ਲਾ ਕੇ ਫਿਰ ਕਰਦੇ ਹਾਂ ਆਪਾਂ ਬਾਕੀ ਦੀ ਗੱਲਬਾਤ ਅਤੇ ਹੁਣ ਇੱਥੋਂ ਨਿਕਲਦੇ ਹਾਂ ਬਸ The useless with shooting, no one notices the you. It's just me against the world. I got me the porta prata. I'll not come out.